ਲਾਖਣਾ ਵਿਖੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ। ਰੋਸ ਵਿੱਚ ਆਏ ਪਿੰਡ ਵਾਸੀਆਂ ਨੇ ਥਾਣਾ ਬਲਟੋਹਾ ਦੇ ਸਾਹਮਣੇ ਲਾਸ਼ ਰੱਖ ਕੇ ਇਨਸਾਫ ਲੈਣ ਦੀ ਖਾਤਰ ਕੀਤਾ ਪ੍ਰਦਰਸ਼ਨ। ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਲਾਖਣਾ ਵਿੱਚ ਬਿਜਲੀ ਦਾ ਫਾਲਟ ਠੀਕ ਕਰਨ ਲਈ ਖੰਭੇ ਉੱਪਰ ਚੜ੍ਹਿਆ ਵਿਅਕਤੀ ਕਰੰਟ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਤੁਰੰਤ ਹਸਪਤਾਲ ਲਿਜਾਣ ਸਮੇਂ ਰਸਤੇ 'ਚ ਹੀ ਮੌਤ ਹੋ ਗਈ। ਮੌਤ ਦੀ ਖਬਰ ਮਿਲਦਿਆਂ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ, ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਅਗਵਾਈ 'ਚ ਪਾਵਰਕਾਮ ਦੇ ਮੁਲਾਜ਼ਮ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਥਾਣਾ ਬਲਟੋਹਾ ਅੱਗੇ ਲਾਸ਼ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਪਿੰਡ ਲਾਖਣਾ ਨਿਵਾਸੀ ਹਰਚੰਦ ਸਿੰਘ ਕਰੀਬ 8-10 ਸਾਲ ਤੋਂ ਪਾਵਰਕਾਮ ਮਹਿਕਮੇ ਵਿੱਚ ਪ੍ਰਾਈਵੇਟ ਤੌਰ 'ਤੇ ਕੰਮ ਕਰ ਰਿਹਾ ਸੀ। ਲੰਘੇ ਦਿਨ ਬਿਜਲੀ ਦੀ ਮੇਨ ਸਪਲਾਈ ਬੰਦ ਹੋ ਗਈ, ਜਿਸ ਨੂੰ ਠੀਕ ਕਰਨ ਲਈ ਹਰਚੰਦ ਸਿੰਘ ਵੀਰਵਾਰ ਨੂੰ ਬਿਜਲੀ ਘਰ ਲਾਖਣਾ ਗਿਆ ਅਤੇ ਡਿਊਟੀ 'ਤੇ ਹਾਜ਼ਰ ਮੁਲਾਜ਼ਮ ਸ਼ਿਵਬੀਰ ਸਿੰਘ ਉਫ ਬੋਬੀ ਨੂੰ ਪਰਮਿਟ ਲੈ ਕੇ ਬਿਜਲੀ ਸਪਲਾਈ ਬੰਦ ਕਰਨ ਲਈ ਕਿਹਾ ਗਿਆ। ਸ਼ਿਵਬੀਰ ਸਿੰਘ ਵੱਲੋਂ ਪਰਮਿਟ ਲੈਣ ਦਾ ਭਰੋਸਾ ਦੇਣ 'ਤੇ ਹਰਚੰਦ ਸਿੰਘ ਬਿਜਲੀ ਦਾ ਫਾਲਟ ਠੀਕ ਕਰਨ ਲਈ ਜਿਵੇਂ ਹੀ ਖੰਭੇ 'ਤੇ ਚੜ੍ਹਿਆ ਤਾਂ ਹਾਈ ਵੋਲਟੇਜ ਕਰੰਟ ਲੱਗਣ ਕਾਰਨ ਹਰਚੰਦ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਤੁਰੰਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਰਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਲੇਕਿਨ ਰਸਤੇ ਵਿੱਚ ਹੀ ਹਰਚੰਦ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਦਿੱਤਾ। ਇਸ ਘਟਨਾ ਸੰਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬਿਜਲੀ ਘਰ ਵਿੱਚ ਤਾਇਨਾਤ ਮੁਲਾਜ਼ਮ ਸ਼ਿਵਬੀਰ ਸਿੰਘ ਬੋਬੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸ਼ਿਵਬੀਰ ਸਿੰਘ ਨੇ ਦਿਨ ਵੇਲੇ ਹੀ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਵੱਲੋਂ ਪਰਮਿਟ ਨਾ ਲੈਣ ਕਰਕੇ ਵਰਤੀ ਲਾਪਰਵਾਹੀ ਕਾਰਨ ਹੀ ਹਰਚੰਦ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ 'ਚ ਥਾਣਾ ਬਲਟੋਹਾ ਅੱਗੇ ਲਾਸ਼ ਰੱਖ ਕੇ ਨਾਅਰੇਬਾਜ਼ੀ ਕੀਤੀ ਅਤੇ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮ ਖਿਲਾਫ਼ ਜਿੱਥੇ ਕਾਰਵਾਈ ਕਰਨ ਦੀ ਮੰਗ ਕੀਤੀ, ਉੱਥੇ ਹੀ ਪਰਿਵਾਰ ਨੂੰ ਇਨਸਾਫ ਦੇਣ ਲਈ ਵੀ ਮੰਗ ਕੀਤੀ। ਇਸ ਮੌਕੇ DSP ਸਾਗਰ ਬਨਵਾਲ ਵੱਲੋਂ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਸਮਾਪਤ ਹੋਇਆ। ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਜੀ, ਜੋ ਅੱਜ ਪਤਾ ਹੀ ਆ ਵੀ ਜੋ ਹਰਚੰਦ ਸਿੰਘ ਵੀਰ ਸਾਡਾ ਲਾਖਣੇ ਤੋਂ ਬੱਤੀ ਦਾ ਨਾ ਇਤਨਾ ਪ੍ਰਾਈਵੇਟ ਕੰਮ ਕਰਦਾ ਹੈ ਅਤੇ ਉਹ ਅੱਜ ਸਾਰਿਆਂ ਨੂੰ ਸਾਨੂੰ ਵੀਰਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਸਿਰਫ ਬਿਜਲੀ ਬੋਰਡ ਦੀ ਅਣਗਹਿਲੀ ਦੇ ਕਾਰਨ, ਕਿਉਂਕਿ ਉਹ ਕੋਈ ਰਾਤ ਲਾਈਨ ਦੇ ਵਿੱਚ ਫਾਲਟ ਸੀ ਅਤੇ ਉਹਨੇ ਰਾਤ ਕੋਈ ਜੈਂਪਰ ਜੂੰਪਰ ਲਾਇਆ ਅਤੇ ਤੜਕੇ ਜੈਂਪਰ ਜੋੜ ਰਹੇ ਸੀ। ਬਿਜਲੀ ਬੋਰਡ ਵਾਲਿਆਂ ਨੇ ਉਹਨੂੰ ਕਹਿਤਾ ਵੀ ਅਸੀਂ ਲਾਈਟ ਤੁਹਾਡੀ ਬੰਦ ਕਰਤੀ ਆ ਅਤੇ ਤੁਸੀਂ ਜਾ ਕੇ ਉੱਥੇ ਆਪਣਾ ਜੈਂਪਰ ਲਾ ਲਓ। ਉਹਨੂੰ ਇੰਨਾ ਕਹਿ ਕੇ ਨਾ ਭੇਜ ਕੇ ਲਾਈਨ ਦੇ ਉੱਤੇ ਚੜ੍ਹਦਾ, ਜੋ ਕਿ ਬਿਜਲੀ ਬੋਰਡ ਦਾ ਜਿਹੜਾ ਮੁਲਾਜ਼ਮ ਉਹਨਾਂ ਸ਼ਰਾਬ ਪੀਤੀ ਹੋਈ ਸੀ ਅਤੇ ਉਹਨੇ ਆਪਦਾ ਜੈਂਪ ਲਾਈਟ ਨਹੀਂ ਬੰਦ ਕੀਤੀ। ਲਾਈਟ ਨਾ ਬੰਦ ਹੋਣ ਦੇ ਕਾਰਨ ਜੋ ਹਰਚੰਦ ਵੀਰ ਆ ਸਾਡਾ ਉਹ ਸਾਡੇ ਤੋਂ ਦੂਰ ਚਲਿਆ ਗਿਆ ਹੈ ਅਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਪੰਜਾਬ ਸਰਕਾਰ ਵੀ ਅਸੀਂ ਪ੍ਰਾਈਵੇਟ ਬੰਦੇ ਹਾਂ ਜਿਹੜੇ ਸਾਰੇ ਕੰਮ ਕਰਦੇ ਹਾਂ, ਕੋਈ ਸਾਡੇ ਬਾਰੇ ਸੋਚਿਆ ਜਾਵੇ ਕੋਈ ਨਾ ਕੋਈ ਨਹੀਂ ਅਤੇ ਹਰਚੰਦ ਜਿਹੜਾ ਵੀਰ ਹੈ ਅਤੇ ਪਰਿਵਾਰ ਨੂੰ ਵੀ ਨੌਕਰੀ ਦਿੱਤੀ ਜਾਵੇ। ਜੇ ਵਧੇ ਉਹਦੇ ਬੱਚੇ ਛੋਟੇ ਆ ਅਤੇ ਉਹਨਾਂ ਚਿਰ ਉਹਦੇ ਜੋ ਉਹਦੀ ਘਰ ਵਾਲੀ ਆ ਜਾਂ ਉਹਨਾਂ ਦੀ ਕੋਈ ਪੈਨਸ਼ਨ ਲੱਗੇ, ਅਸੀਂ ਤਾਂ ਭਗਵੰਤ ਮਾਨ ਸਰਕਾਰ ਦੇ ਬਹੁਤ ਬਹੁਤ ਧੰਨਵਾਦ ਹੋਵਾਂਗੇ ਜੇ ਕਿਤੇ ਇਹਨਾਂ ਨੂੰ ਨੌਕਰੀ ਮਿਲ ਜਾਵੇ ਤਾਂ, ਕਿਉਂਕਿ ਗਰੀਬ ਪਰਿਵਾਰ ਆ ਬਹੁਤ ਜ਼ਿਆਦਾ ਅਤੇ ਬੜਾ ਮੁਸ਼ਕਲ ਤੁਹਾਨੂੰ ਪਤਾ ਅੱਜ ਕੱਲ੍ਹ ਗੁਜ਼ਾਰਾ ਹੁੰਦਾ ਹੈ। ਐਕਸਪੀਰੀਅੰਸ ਜਿਵੇਂ ਮੰਨ ਲਓ ਸਾਡੇ ਨੌਜਵਾਨਾਂ ਦਾ ਬਹੁਤ ਆ, ਸਾਡੇ ਬੱਤੀ ਦਾ ਜਿਵੇਂ ਕਿ ਕੰਮ ਕਰਨ ਵਾਲਾ ਮੇਰੇ ਹਿਸਾਬ ਨਾਲ ਇਹੋ ਜਾਣੀ ਸਰਕਾਰੀ ਮੁਲਾਜ਼ਮ ਹੈਗਾ ਵੀ ਜਿਹੜਾ ਕੋਈ ਖੰਭੇ 'ਤੇ ਚੜ੍ਹ ਜੂਗਾ, 100 ਦੇ ਵਿੱਚੋਂ ਵੱਧ ਤੋਂ ਵੱਧ 2-4 ਮੁਲਾਜ਼ਮ ਜਿਹੜੇ ਖੰਭੇ 'ਤੇ ਚੜ੍ਹ ਜਾਂਦੇ ਉਹਨਾਂ ਨੇ ਤਕਰੀਬਨ ਇਸ ਤਰ੍ਹਾਂ ਪ੍ਰਾਈਵੇਟ ਨਾਲ ਬੰਦੇ ਰੱਖ ਲੈਂਦੇ ਆ, ਜੇ ਉਹਨਾਂ ਨਾਲ ਕੋਈ ਘਟਨਾ ਹੋ ਜਾਂਦੀ ਆ ਤੇ ਉਹਨਾਂ ਦੀ ਕੋਈ ਸਾਰ ਨਹੀਂ ਲੈਂਦੇ, ਉਹਨਾਂ ਦੀ ਕੋਈ ਸਾਰ ਨਹੀਂ ਲੈਂਦੇ। ਇਹ ਤੇ ਵੀਰ ਬਹੁਤ ਪੁਰਾਣਾ ਬੜੇ ਚਿਰ ਦਾ ਹੀ ਕੰਮ ਕਰਦਾ ਉਹਨਾਂ ਦੇ ਨਾਲ, ਅਸੀਂ ਤੇ ਸਰਵਣ ਸਿੰਘ ਧੋਨਾ MLA ਉਹਨੂੰ ਵੀ ਇਹੋ ਗੁਜ਼ਾਰਿਸ਼ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ, ਕਿਉਂਕਿ ਜਿਹੜੇ ਆਪਣੇ ਮਾਝੇ ਏਰੀਏ ਦੇ ਮੇਰੇ ਲੱਗਦਾ ਸਭ ਨੂੰ ਜ਼ਿਆਦਾ ਮੁੰਡੇ ਆ ਜਿਹੜੇ ਪ੍ਰਾਈਵੇਟ ਕੰਮ ਕਰਦੇ ਆ, ਇਹਨਾਂ ਵੀਰਾਂ ਨੂੰ ਕਿਤੇ ਜਿਵੇਂ ਪੁਲਿਸ ਮੁਲਾਜ਼ਮ ਰੱਖੇ ਸੀ 3 ਸਾਲ ਵਾਸਤੇ, ਅਸੀਂ ਵੀ ਇਹ ਚਾਹੁੰਦੇ ਵੀ ਸਾਨੂੰ 3-4 ਸਾਲਾਂ ਵਾਸਤੇ ਰੱਖ ਲੈਣ, ਘੱਟ ਤਨਖਾਹ 'ਤੇ ਰੱਖਿਆ ਜਾਵੇ, ਜੇ ਮੰਨ ਲਓ ਕੰਮ ਚੰਗਾ ਕਰਦੇ ਤਾਂ ਉਹਨੂੰ ਪੱਕਾ ਕੀਤਾ ਜਾਵੇ, ਜੇ ਕਿ ਨਹੀਂ ਕਰਦਾ ਤਾਂ ਉਹਨੂੰ ਬਾਹਰ ਕੱਢਿਆ ਜਾਂਦੇ ਆ। ਵਾਹਿਗੁਰੂ ਜੀ ਹਾਸਾ ਵਾਹਿਗੁਰੂ ਜੀ। ਇੱਕ ਹਰਚੰਦ ਸਿੰਘ ਨਾਮਕ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਮੌਤ ਹੋਈ ਹੈ ਜੀ, ਜਦ ਪਰਿਵਾਰ ਵੱਲੋਂ ਲਾਸ਼ ਥਾਣੇ ਦੇ ਪੁੱਗੇ ਰੱਖ ਕੇ ਧਰਨਾ ਦਿੱਤਾ ਗਿਆ, ਸਰ ਕੀ ਮਾਮਲਾ ਅਤੇ ਕੀ ਕਾਰਵਾਈ ਕੀਤੀ ਗਈ ਹੈ? ਅੱਜ ਸਾਨੂੰ ਸੁਬਹ ਇਤਲਾਹ ਆਈ ਸੀ ਕਿ ਹਰਚੰਦ ਸਿੰਘ ਪੁੱਤਰ ਮੇਜਰ ਸਿੰਘ ਨਾਂ ਦਾ ਸ਼ਖਸ ਸੀਗਾ ਜਿਹਦੀ ਇੱਕ ਬਿਜਲੀ ਦੇ ਤਾਰਾਂ ਦੇ ਲਟਕਣ ਦੇ ਨਾਲ ਮੌਤ ਹੋਈ ਸੀ, ਅਤੇ ਬਾਕੀ ਉਹਦੀ ਜਿਹੜੀ ਪੋਸਟ ਬੋਡੀ ਹੈ ਜਿਹੜੀ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਹੈ,
हॉस्पिटल से बाकी जो फैक्ट सामने आते हैं इन्वेस्टिगेशन कर रहे हैं वो अकॉर्डिंग जो कसूरवार होगा वो खिलाफ बनती कार्रवाई की। सर उन्होंने वालों एक बिजली के अधिकारी से दोष भी लगाए जा रहे हैं सर कि आप इन्वेस्टिगेशन कर रहे हैं तो ये वास्ते जिम्मेवार कौन है तो जो इन्वेस्टिगेशन चाहेगा वो अकॉर्डिंग अपना अपना शामिल।